ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗੁਰੂ ਤੇ ਅੱਜ ਮੈਂ ਜਿਹੜੇ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ, ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਸਿੰਗਿੰਗ ਰਾਹੀਂ ਆਪਣੀ ਸ਼ੁਰੂਆਤ ਕੀਤੀ ਤੇ ਆਪਣਾ ਪਹਿਲਾ ਗਾਣਾ ਤੁਹਾਡੇ ਅੱਗੇ ਪੇਸ਼ ਕੀਤਾ ਜਿਹਦਾ ਨਾਮ ਸੀ ਦੋ ਅਰਮਾਨ। ਤੇ ਹੁਣ ਆਪਣਾ ਨਵਾਂ ਗਾਣਾ ਲੈ ਕੇ ਆ ਰਿਹਾ ਸਾਹ ਵੀ ਤੇਰਾ, ਤੇ ਮੇਰੇ ਨਾਲ ਰੂਬਰੂ ਕਰਾਉਣ ਜਾ ਰਿਹਾ ਮੈਂ ਤੁਹਾਡੇ ਨਾਲ ਫੈਸਲਾ ਖਾਨ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਪਹਿਲੇ ਵਾਲੇ ਗਾਣੇ ਦੀ ਗੱਲ ਕਰੀਏ ਦੋ ਅਰਮਾਨ, ਆਡੀਅੰਸ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਮਿਲਦਾ, ਕਾਫੀ ਵਿਊਜ਼ ਵੀ ਆ ਚੁੱਕੇ ਹਨ, ਮਤਲਬ ਮਿਲੀਅਨ ਕ੍ਰੋਸ ਕਰ ਚੁੱਕੇ ਹਨ। ਤੇ ਕਦੀ ਸੋਚਿਆ ਸੀਗਾ ਵੀ ਇੰਨਾ ਵਧੀਆ ਰਿਸਪੌਂਸ ਮਿਲੇਗਾ ਪਹਿਲੇ ਗਾਣੇ ਨੂੰ? ਪਤਾ ਕੀ ਹੈ ਬਾਈ, ਦੇਖੋ ਹਰ ਇੱਕ ਆਰਟਿਸਟ ਨੂੰ ਹੁੰਦਾ ਵੀ ਅਸੀਂ ਯਾਰ ਮਤਲਬ ਮਿਹਨਤ ਕੀਤੀ ਹੈਗੀ ਹੈ ਨਾ, ਤਾਂ ਸਾਨੂੰ ਉਹਦੀ ਮਤਲਬ ਜਿਹੜੀ ਹੈਗੀ ਹੈ ਨਾ ਰਿਕਵਰੀ ਆਉਣੀ ਚਾਹੀਦੀ ਹੈ। ਤਾਂ ਮੈਂ ਬਹੁਤ 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 ਧੰਨਵਾਦ ਕਰਦਾ ਵੀਰੇ ਸਾਰਿਆਂ ਦਾ, ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ। ਮੈਨੂੰ ਉਮੀਦ ਨਹੀਂ ਸੀ, ਸੱਚੀ ਦੱਸਾਂ ਇੰਨੀ ਉਮੀਦ ਨਹੀਂ ਸੀ ਮੈਨੂੰ ਵੀ ਇੰਨਾ ਪਿਆਰ ਮਿਲੂਗਾ ਇਹ ਗਾਣੇ ਨੂੰ ਯਾਰ। ਬਹੁਤ ਅੱਜ ਵੀ ਲੋਕ ਡਿਮਾਂਡ ਕਰਦੇ ਆ ਜਦੋਂ ਮੈਂ ਕਹਿੰਦਾ ਲਾਈਵ ਉਹਨਾਂ ਦੇ ਬਾਈ ਦੋ ਅਰਮਾਨ ਸੁਣਾਦੇ, ਬਾਈ ਦੋ ਅਰਮਾਨ ਸੁਣਾਦੇ, ਬਹੁਤ ਵਧੀਆ ਲੱਗਦਾ। ਤੇ ਗਾਣੇ ਦੀ ਵੀਡੀਓ ਦੀ ਗੱਲ ਕਰੀਏ, ਬਹੁਤ ਹੀ ਵਧੀਆ, ਬਹੁਤ ਹੀ ਸੋਹਣੀ ਵੀਡੀਓ ਮਤਲਬ ਦਰਸਾਈ ਗਈ ਹੈ ਉਹਨਾਂ ਦੇ। ਕਿੱਥੋਂ ਦਾ ਸ਼ੂਟ ਸੀਗਾ ਉਹ? ਮੇਰਾ ਨਾ ਸੀਗਾ ਜਿਹੜਾ ਸੁਪਨਾ ਸੀਗਾ ਨਾ ਉਹ ਕ੍ਰਿਕਟਰ ਬਣਨ ਦਾ ਸੀਗਾ। ਅੱਛਾ, ਮੈਂ ਕ੍ਰਿਕਟ ਬਹੁਤ ਖੇਡੀ ਆ ਸਕੂਲ ਦਾ, ਮੈਂ ਤੁਹਾਨੂੰ ਸੱਚੀ ਗੱਲ ਸਾਹਿਬ ਪੜ੍ਹੀ ਨਹੀਂ, ਮਤਲਬ 12 ਮਹੀਨੇ 30 ਦਿਨ ਇੱਕੋ ਹੀ ਹੁੰਦਾ ਸੀਗਾ ਆਪਣਾ ਵੀ ਕ੍ਰਿਕਟਰ ਬਣਨਾ, ਕ੍ਰਿਕਟਰ ਬਣਨਾ, ਕ੍ਰਿਕਟਰ ਬਣਨਾ ਬਸ। ਅਤੇ ਇੱਕ ਨਾ ਪਲੱਸ ਟੂ 'ਚ ਅਸੀਂ ਟੂਰ ਲਾ ਕੇ ਆਏ ਸੀਗੇ ਇੱਧਰ ਸ਼ਿਮਲੇ ਸੀਗਾ, ਸ਼ਿਮਲੇ ਦੇ ਕੋਲ ਕੋਈ ਸੀਗਾ ਛੋਟਾ ਜਿਹਾ ਸ਼ਹਿਰ, ਉੱਥੇ ਲਾ ਕੇ ਆਏ ਸੀ। ਉੱਥੇ 170 ਮਤਲਬ ਮੁੰਡੇ ਕੁੜੀਆਂ ਦਾ ਕੰਪੀਟੀਸ਼ਨ ਸੀਗਾ ਗਾਉਣ ਦਾ, ਅਤੇ ਮੇਰਾ ਤਾਂ ਕੋਈ ਇੰਨਾ ਰਿਆਜ਼ ਨਹੀਂ ਸੀਗਾ, ਮੇਰੇ ਕੋਲ ਕਿਹੜਾ ਵੱਜਦੇ ਬਾਈ, ਹੈ ਨਾ? ਉੱਥੇ ਮਤਲਬ ਤੁਹਾਨੂੰ ਪਿੰਡਾਂ 'ਚ ਤੁਹਾਨੂੰ ਪਤਾ ਹੀ ਹੈ ਨਾ, ਉਦੋਂ ਐਸੀ ਮਾਲਕ ਦੀ ਕਿਰਪਾ ਹੋਈ ਉੱਥੇ ਮੈਂ ਗਾਇਆ ਅਤੇ ਉੱਥੇ ਮੈਂ ਫਸਟ ਆਇਆ। ਅੱਛਾ, ਅਤੇ ਮਤਲਬ ਉਹ ਯਾਰ ਮੈਂ ਕਿਹਾ ਜੋ ਹੈ ਨਾ ਉਮੀਦ, ਉਹ ਕਹਿੰਦੇ ਨਾ ਬਿਨ ਮੰਗਿਆ ਦਿੰਦਾ ਹੈ ਨਾ, ਜਦੋਂ ਤੁਹਾਨੂੰ ਦੇਣਾ ਨਾ ਜਿਹੜੇ ਰਾਹ ਪਾਉਣਾ ਉਹ ਮਾਲਕ ਨੇ ਪਾਉਣਾ, ਇਹ ਉਹਦੀ ਤਰੀਕਾ, ਅਤੇ ਉੱਥੋਂ ਮਤਲਬ ਲੱਗਿਆ ਵਿਆਹ ਤੂੰ ਕਰ ਸਕਦਾ। ਮਤਲਬ
ਪੇਰੈਂਟਸ ਦੀ ਗੱਲ ਕਰੀਏ, ਫੈਮਿਲੀ ਦੀ ਗੱਲ ਕਰੀਏ, ਤੇ ਕਿੰਨੀ ਫੈਮਿਲੀਜ਼ ਇੱਦਾਂ ਦੀ ਹੁੰਦੀ ਜਿਹੜੀ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਕਲਚਰਲ ਐਕਟੀਵਿਟੀਜ਼ ਦੇ ਵਿੱਚ ਨਹੀਂ ਪਾਉਣੀ ਜਾਂਦੀ, ਭਾਵੇਂ ਸਿੰਗਿੰਗ ਹੋਵੇ, ਭਾਵੇਂ ਡਾਂਸ ਹੋਏ, ਉਹ ਚਾਹੁੰਦੇ ਵੀ ਕਿਉਂਕਿ ਸਾਰਿਆਂ ਨੂੰ ਇੱਕ ਮਤਲਬ ਨਾ ਪੋਜੈਸਿਵਨੈਸ ਹੁੰਦੀ ਹੈ ਵੀ ਪੜ੍ਹ ਕੇ ਕੁਛ ਵਧੀਆ ਜੋਬ ਲੈ ਰਹੇ, ਕਿਉਂਕਿ ਇਸ ਫੀਲਡ ਦੇ ਵਿੱਚ ਜਿਹੜੇ ਰਿਸਪੈਕਟਰਸ ਨੇ ਬਹੁਤ ਹਾਈ ਪ੍ਰੋਫਾਈਲ ਚੱਲ ਰਹੇ ਨੇ, ਤੇ ਤੁਹਾਡੇ ਪੇਰੈਂਟਸ ਦੀ ਤੁਹਾਡੀ ਫੈਮਿਲੀ ਵੱਲੋਂ ਕਿੱਦਾਂ ਰਿਹਾ? ਹਮੇਸ਼ਾ ਫੈਮਿਲੀ ਬਹੁਤ ਸਪੋਰਟ ਹੈ ਜੀ, ਸ਼ੁਰੂ ਤੋਂ ਬਹੁਤ ਸਪੋਰਟ ਹੈ। ਚਲੋ ਫੈਮਿਲੀ ਨੂੰ, ਫੈਮਿਲੀ ਨੂੰ ਪਤਾ ਕੀ ਹੁੰਦਾ ਬਈ ਹੁੰਦਾ ਵੀ ਯਾਰ ਸਾਡਾ, ਕਿਉਂਕਿ ਮੈਂ ਇਕੱਲਾ ਇਕੱਲਾ, ਜਿਨ੍ਹਾਂ ਦੇ ਕਦੇ ਕਦੇ ਉਹਨਾਂ ਨੂੰ ਐ ਹੁੰਦਾ ਵੀ ਛੇਤੀ ਸੈੱਟ ਹੋ ਜਾਏ, ਮੈਂ ਇਕੱਲਾ, ਮੈਨੂੰ ਪਤਾ ਨਹੀਂ ਹੁੰਦਾ ਵੀ ਕੋਈ ਕੋਈ ਗੱਲ ਕਰਦਾ ਵੀ ਮਤਲਬ ਇੱਕ ਹੁੰਦਾ ਵੀ ਯਾਰ ਸਾਡਾ ਪੁੱਤਾ ਆਪਣੇ, ਚਲੋ ਬਹੁਤ ਹੁੰਦੇ ਆ, ਪਰ ਮੇਰੇ ਮੰਮੀ ਪਾਪਾ ਨੇ ਮੈਨੂੰ ਕਹਿੰਦੇ ਕਿ ਮਤਲਬ ਇਹ ਚੀਜ਼ ਨੂੰ ਮਤਲਬ ਉਹ ਨਹੀਂ ਕੀਤਾ ਵੀ ਯਾਰ ਤੂੰ ਆਹ ਕਰ ਜਾ, ਉਹ ਕਹਿੰਦੇ ਜੋ ਤੈਨੂੰ ਚੰਗਾ ਲੱਗਦਾ ਨਾ ਉਹ ਕਰ, ਪਰ ਪਲੱਸ ਟੂ ਤੋਂ ਬਾਅਦ ਜਦੋਂ ਮੈਂ ਘਰੇ ਆ ਕੇ ਦੱਸਿਆ ਸੀਗਾ ਜਿੱਦਾਂ ਵੀ ਮੰਮੀ ਐਂ ਕਰਕੇ ਬਾਪੂ ਐਂ ਵੀ ਡੈਡੀ ਨਾ ਇੱਦਾਂ, ਉਹ ਕਹਿੰਦੇ ਤੂੰ ਕਰ ਜਿਹੜੀ ਚੀਜ਼ ਨੂੰ ਵਧੀਆ ਲੱਗਦੀ, ਬਸ ਉਸ ਤੋਂ ਬਾਅਦ ਆ ਲਾਈਨ ਫੜੀ ਮਦਦ ਕਰ ਬਾਰੇ ਦਿੱਤੇ। ਤੇ ਹੁਣ ਤੁਸੀਂ ਮਤਲਬ ਕਾਫੀ ਦੱਸ ਰਹੇ ਸਕੂਲ ਟਾਈਮ ਬਾਰੇ, ਤਾਂ ਤੁਸੀਂ ਦੱਸ ਸਕਦੇ ਕਾਲਜ ਲਾਈਫ ਬਾਰੇ ਵੀ ਕਹਿਣਾ ਤੁਹਾਡਾ? ਕਾਲਜ ਲੁਧਿਆਣੇ ਲੱਗਿਆ, ਇਸ ਤੋਂ ਬਾਅਦ ਮੈਂ ਪੜ੍ਹਨ ਖਾਲਸਾ ਕਾਲਜ, ਕਾਫੀ ਆਰਟਿਸਟ ਉੱਥੇ ਹੁੰਦੇ ਤੇ ਉੱਥੇ ਪੜ੍ਹਨ ਲੱਗਿਆ, ਉੱਥੇ ਪੜ੍ਹੇ ਪੜ੍ਹੇ ਤੁਹਾਨੂੰ ਪਤਾ ਐਸੇ ਪੈਸੇ ਜੀ, ਇੱਕ ਵਾਰੀ ਕੋਈ ਮਤਲਬ ਮੇਰਾ ਆਪਣਾ ਗਿਆ ਪਤਾ ਕਰਨ ਵੀ ਇਹ ਕਿਵੇਂ ਪੜ੍ਹਦਾ, ਉਹ ਟੀਚਰ ਕੋਲ ਜਦੋਂ ਮੈਨੂੰ ਲੈ ਕੇ ਗਏ ਤਾਂ ਕਹਿੰਦਾ ਮੈਂ ਦੇਖੀ ਪਹਿਲੀ ਵਾਰ ਹੈ, ਅਤੇ ਮਤਲਬ ਵਧੀਆ ਸੀਗਾ, ਮਤਲਬ ਮੈਨੂੰ ਮਿਊਜ਼ਿਕ ਨਾਲ ਬਹੁਤ ਉਸ ਤੋਂ ਬਾਅਦ ਲਗਾਵ ਹੋ ਗਿਆ ਸੀ ਨਾ, ਪਲੱਸ ਟੂ ਤੋਂ ਬਾਅਦ ਇਹਨਾਂ ਦਾ ਲਗਾਵ ਹੋ ਗਿਆ ਸੀ, ਬਸ ਵੀ ਹੁਣ ਜ਼ਿੰਦਗੀ ਇਹ ਹੈ, ਬਿਲਕੁਲ ਇਹ ਤਾਂ ਇੱਕ ਚੀਜ਼ 'ਤੇ ਫੋਕਸ ਰੱਖਣਾ ਹੈ ਜੀ। ਅਤੇ ਆਪਾਂ ਕਿੰਨੀ ਵਾਰੀ ਸੁਣਿਆ ਤੁਹਾਨੂੰ ਵੀ ਤੁਸੀਂ ਪਿਓ ਅਤੇ ਪੁੱਤਰ ਦੇ ਰਿਲੇਸ਼ਨ ਬਾਰੇ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੇ, ਤੁਸੀਂ ਕਹਿੰਦੇ ਹੋ ਕਿ ਹਾਂ ਮੇਰੇ ਫਾਦਰ ਨਾਲ ਬਹੁਤ ਹੀ ਅੱਛੀ ਬੌਂਡਿੰਗ ਹੈ, ਅਤੇ ਇਹ ਜਿਹੜੀ ਬੌਂਡਿੰਗ ਹੈ ਇਹ ਸ਼ੁਰੂ ਤੋਂ ਹੀ ਸੀਗੀ ਜਾਂ ਇੱਕ ਪੁਆਇੰਟ ਸੀਗਾ, ਇੱਕ ਫੇਸ ਸੀਗਾ ਲਾਈਫ ਦਾ ਉਦੋਂ ਆ ਕੇ ਬਣੀ? ਦੇਖੋ ਉਹਨਾਂ ਦੀ ਮੇਰੇ ਨਾਲ ਸ਼ੁਰੂ ਤੋਂ ਸੀ, ਕਿਉਂਕਿ ਹਰੇਕ ਪਿਓ ਦੀ ਇੱਕ ਪੁੱਤ ਨਾਲ ਹੁੰਦੀ ਆ, ਪਰ ਮੈਨੂੰ ਜਦੋਂ ਪਤਾ ਲੱਗਿਆ ਨਾ ਵੀ ਮਾਂ ਪਿਓ ਕੀ ਚੀਜ਼ ਹੁੰਦੇ ਆ, ਜਦੋਂ ਤੁਹਾਨੂੰ ਪਤਾ ਲੱਗਦਾ ਵੀ ਜਦੋਂ ਔਖਾ ਵਕਤ ਕੋਈ ਐਸਾ ਟਾਈਮ ਹੁੰਦਾ ਨਾ ਜਦੋਂ ਮਤਲਬ ਸਾਰੇ ਸਾਥ ਛੱਡ ਦਿੰਦੇ ਆ ਨਾ, ਉਦੋਂ ਉਹ ਨਾਲ ਖੜਦੇ ਆ, ਬਿਲਕੁਲ ਠੀਕ ਹੈ ਜੀ, ਅਤੇ ਉਦੋਂ ਜਦੋਂ ਮੇਰਾ ਸਾਥ ਦਿੱਤਾ ਉਸ ਟਾਈਮ 'ਚ ਜਦੋਂ ਮੇਰੇ ਨਾਲ ਕੋਈ ਵੀ ਨਹੀਂ ਸੀਗਾ, ਉਹਦੇ ਘਰ ਚਲੋ ਕੋਈ ਹੁੰਦਾ ਵੀ ਮੇਰੇ ਡੈਡੀ ਆ ਨਾ, ਹਰੇਕ ਨੂੰ ਹੁੰਦਾ, ਪਰ ਇੱਕ ਇੱਕ ਨਾ ਅੰਦਰੋਂ ਅਟਰੈਕਸ਼ਨ, ਇੱਕ ਪਿਆਰ, ਇੱਕ ਜਜ਼ਬਾਤ ਹੁੰਦੇ ਆ, ਉਹ ਉਦੋਂ ਸਟਾਰਟ ਹੋਏ ਵੀ ਹਾਂ ਯਾਰ, ਔਰ ਮੇਰਾ ਬਾਪੂ, ਮੈਂ ਅੱਜ ਵੀ ਕਹਿੰਦਾ ਵੀ ਮੈਂ ਆਪਣੇ ਬਾਪੂ ਨੂੰ ਪਿਆਰ ਕਰਦਾ, ਕਿਹਨੂੰ ਵੀ ਕਰਦਾ, ਅਤੇ ਹੁਣ ਮਤਲਬ ਜਿੱਦਾਂ ਫ੍ਰੈਂਡਲੀ ਮਤਲਬ ਪ੍ਰੋਪਰ ਤੁਹਾਡਾ ਰਿਲੇਸ਼ਨਸ਼ਿਪ ਆ ਉਹਨਾਂ ਦਾ? ਜਿਨ੍ਹਾਂ ਦੇ ਮਾਂ ਪਿਓ, ਜਿਨ੍ਹਾਂ ਦੇ ਅੱਖਾਂ ਸਾਹਮਣੇ ਹੈਗੇ ਨਾ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਦਾ ਨਾਮ ਬਣਾਓ, ਜੇ ਉਹ ਤੁਹਾਨੂੰ ਰਾਜੇ ਬਣਾ ਕੇ ਗਏ ਨਾ ਤਾਂ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ, ਇਹ ਤੁਹਾਡਾ ਫਰਜ਼ ਹੈ ਵੀ ਤੁਸੀਂ ਉਹਨਾਂ ਨੂੰ ਬਾਦਸ਼ਾਹ ਬਣਾ ਕੇ ਜਾਓ। ਕਿਆ ਬਾਤ ਹੈ, ਬਹੁਤ ਇੱਕੋ ਲਾਈਨ 'ਚ ਪੂਰੀ ਗੱਲ ਨੂੰ ਕਰਤੀ, ਇਹੀ ਹੁੰਦਾ ਇੱਕ ਰਾਈਟਰ ਦੀ ਕਲਾ, ਕਿਉਂਕਿ ਉਹਨਾਂ ਦੇ ਰਾਈਟਰ ਰਾਈਟ ਕੋਈ ਨਹੀਂ ਲਿਖਣਾ, ਕਿਉਂਕਿ ਦੋ ਵਾਰ ਬਾਅਦ ਤੁਸੀਂ ਆਪ ਹੀ ਲਿਖਣਾ, ਤੇ ਇਹ ਜਿਹੜਾ ਹੁਣ ਗਾਣਾ ਆ ਰਿਹਾ ਸਾਹ ਵੀ ਤੇਰਾ ਜੀ, ਇਹਦੇ ਰਾਈਟਰ ਕੌਣ? ਇਹ ਸਾਡਾ ਵੱਡਾ ਵੀਰ ਹੈ ਜੀ, ਗੁਰਵਿੰਦਰ ਗਰੇਵਾਲ ਖੰਨੇ ਤੋਂ, ਬਹੁਤ ਅੱਛਾ, ਬਾਹ ਕਮਾਲ, ਬਾਹ ਕਮਾਲ, ਕਿਆ ਬਾਤ ਹੈ, ਉਹ ਮੈਂ ਉਹਦਾ ਬਹੁਤ ਵੱਡਾ ਫੈਨ ਹੈ ਯਾਰ, ਕਿਉਂਕਿ ਜਿਹੜਾ ਬਹੁਤ ਨੇ ਮੇਰੇ ਸਾਰੇ ਵਧੀਆ ਹਨ, ਉਹ ਜੋ ਮਾਲਕ ਕਹਿੰਦਾ ਉਹਨਾਂ ਉਹਨੇ ਉਹਦੇ ਮਰਜ਼ੀ ਨਾਲ ਸਾਰੇ ਚੱਲਦੇ, ਪਰ ਜੋ ਉਹਨੂੰ ਬਖਸ਼ਿਸ਼ ਹੋਈ ਹੈ ਨਾ ਖੁਦਾ ਵੱਲੋਂ, ਵਾਹਿਗੁਰੂ ਵੱਲੋਂ, ਅਤੇ ਮੈਨੂੰ ਯਾਰ ਤੁਸੀਂ ਵੀ ਜ਼ਰੂਰ ਸੁਣਿਓ ਬੰਦੇ ਨੂੰ, ਬਸ ਬਸ ਆਉਣ ਵਾਲਾ ਹਾਂ, ਹੁਣ ਤਾਂ ਕਾਊਂਟਡਾਊਨ ਸ਼ੁਰੂ ਹੈ, ਇੱਕ ਇਹ ਕਮਰਸ਼ੀਅਲ ਚੀਜ਼ ਹੈ, ਇੱਕ ਜਜ਼ਬਾਤ ਹੁੰਦੇ ਆ, ਬਿਲਕੁਲ ਹੈ ਨਾ, ਇੱਕ ਜਿੱਦਾਂ ਸ਼ਿਵ ਕੁਮਾਰ ਸਾਹਿਬ ਹੋਇਆ, ਹਾਂਜੀ, ਅਤੇ ਮੈਂ ਸੱਚੀ ਗੱਲ ਸਾਂ, ਜਦੋਂ ਕਈ ਵਾਰ ਉਹ ਗਾਉਂਦਾ ਮੇਰੇ ਕੋਲ, ਉਹ ਗਾਉਂਦਾ ਹੀ ਬੜਾ ਅੱਛਾ ਹੈ, ਠੀਕ ਹੈ, ਜਦੋਂ ਮੇਰੇ ਮੂਹਰੇ ਗਲੇ ਗਾਉਂਦਾ ਨਾ ਜਾਂ ਲਿਖਦਾ ਵੈ, ਤਾਂ ਮੈਂ ਕਹਿੰਦਾ ਯਾਰ ਤੂੰ ਤਾਂ ਉਹਨਾਂ ਨੂੰ ਯਾਦ ਕਰਾਉਂਦਾ, ਮਤਲਬ ਆਹ ਮੇਲ ਹੈਗੀ ਆ ਉਹ ਬੰਦੇ ਲਈ। ਅਤੇ ਕਿੱਦਾਂ ਮੇਲ ਹੋਇਆ ਤੁਹਾਡੇ ਦੋਵਾਂ ਦਾ ਇਸ ਗਾਣੇ ਲਈ? ਮੇਲ ਤਾਂ ਹੀ ਰੱਬ ਤੋਂ ਹੁੰਦਾ, ਬਸ ਉਹ ਬੰਦੇ ਥੋੜ੍ਹੀ ਲੰਬੀ ਕਹਾਣੀ ਹੈ, ਉਹ ਮੁਰਸ਼ਦਾ ਨਿਕਲਾ ਹੈ। ਅੱਛਾ, ਅਤੇ ਹੁਣ ਮਾਡਲ ਦੀ ਗੱਲ ਕਰੀਏ, ਤਾਂ ਇਸ ਗਾਣੇ ਵਿੱਚ ਵੀ ਕੋਈ ਸਾਨੂੰ ਫੋਰਨਰ ਮਾਡਲ ਦੇਖਣ ਨੂੰ ਮਿਲੇਗੀ ਜਾਂ ਇੰਡੀਅਨ? ਇੰਡੀਅਨ ਇੰਡੀਅਨ ਹੈ। ਅੱਛਾ, ਇਹ ਤਾਂ ਹੈਗੇ ਆ ਸੋਨੀਆ ਕੁੜੀ, ਓਕੇ, ਉਹਨਾਂ ਨੇ। ਅਤੇ ਹੁਣ ਜੇ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ, ਫੈਸਲਾ ਜੀ ਤੁਸੀਂ ਦੇਖਿਆ ਹੋਣਾ ਕਿ ਇੱਥੇ ਹਜ਼ਾਰੋਂ ਲੋਕ ਆ ਜਿਹੜੇ ਆਪਣੀ ਐਲਬਮ ਹਿੱਟ ਕਰਾਉਣ ਨੂੰ, ਐਲਬਮ ਤਾਂ ਕੀ, ਇੱਕ ਸਿੰਗਲ ਟਰੈਕ ਹਿੱਟ ਕਰਾਉਣ ਨੂੰ ਬਹੁਤ ਮਿਹਨਤਾਂ ਲੱਗਦੀਆਂ ਹੈ ਨਾ, ਇੱਕ ਸਟਰਗਲ ਫੇਸ ਕਰਨਾ ਹੁੰਦਾ ਹੈ, ਅਤੇ ਮਤਲਬ ਆਉਣ ਵਾਲੇ ਟਾਈਮ 'ਤੇ ਤੁਹਾਨੂੰ ਕੀ ਲੱਗਦਾ ਵੀ ਕੀ ਕੁਆਲਿਟੀਜ਼ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਵੀ ਤੁਸੀਂ ਇਸ ਸਟਰਗਲ ਨੂੰ ਫੇਸ ਕਰ ਸਕੋ? ਕਿਉਂਕਿ ਜ਼ਰੂਰੀ ਨਹੀਂ ਸਾਰਿਆਂ ਦੀ ਐਲਬਮਸ ਹਿੱਟ ਜਾਂਦੀਆਂ ਅਤੇ ਸਾਰਿਆਂ ਦੀ ਡਾਊਨ, ਅਪਸ ਐਂਡ ਡਾਊਨ ਚੱਲਦੇ ਰਹਿਣ, ਬਿਲਕੁਲ, ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ? ਮੇਰੇ ਤਾਂ ਇਸ ਚੀਜ਼ 'ਤੇ ਇਹੀ ਵਿਊ ਨੇ, ਸਾਰਿਆਂ ਨੂੰ ਮੈਂ ਰਿਕੁਐਸਟ ਕਰ ਸਕਦਾ ਵੀ ਜੇ ਤੁਹਾਨੂੰ ਵਧੀਆ ਲੱਗੇ ਨਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਕਿ ਪਤਾ ਕੀ ਹੁੰਦਾ ਜੀ, ਦੇਖੋ ਹਰੇਕ ਚੀਜ਼ ਬਿਲਕੁਲ ਤੁਹਾਡੀ ਸਹੀ ਹੈ ਵੀ ਹਿੱਟ ਨਹੀਂ ਆਉਂਦੀ, ਠੀਕ ਹੈ ਨਾ, ਸਾਡਾ ਕੰਮ ਆ ਮਿਹਨਤ ਕਰਨਾ, ਠੀਕ ਹੈ, ਅਤੇ ਫਲ ਫੁੱਲ ਲਾਉਣਾ ਉਹਦੀ ਮਰਜ਼ੀ ਹੈ, ਠੀਕ ਹੈ ਨਾ, ਜੋ ਉਹਦੀ ਫਿਰ ਜੋ ਉਹਦੇ ਸੁਭਾਅ ਹੈ ਤੇ ਮੈਂ ਚਲਾਵੇ ਉਹਦੀ ਮਰਜ਼ੀ ਹੈ, ਜੇ ਉਹ ਆਪੇ
ਕਰੂਗਾ, ਕੋਈ ਗੱਲ ਨਹੀਂ, ਮਿਹਨਤ ਕੀਤੀ ਆ ਉਹ ਮਹਾਰਾਜ ਕਿਰਪਾ ਕਰੂਗਾ। ਅੱਛਾ, ਇੱਕ ਤੁਸੀਂ ਨਿਊਜ਼ ਸੁਣਦੇ ਹੋਣੇ ਹੋ, ਅੱਜ ਕੱਲ੍ਹ ਬਹੁਤ ਚੱਲਦੀ ਹੁੰਦੀ ਹੈ ਕਿ ਜਿਹੜੇ ਲਿਰਿਕਸ ਆ ਉਹ ਚੋਰੀ ਹੋ ਜਾਂਦੇ ਆ, ਜਿਹੜੇ ਟ੍ਰੈਕਸ ਨੇ ਉਹ ਚੋਰੀ ਹੋ ਜਾਂਦੇ ਆ, ਤਾਂ ਉਹਦੇ ਬਾਰੇ ਤੁਹਾਡੇ ਕੀ ਕਹਿਣਾ? ਮਤਲਬ ਇਸ ਜੋ ਅੱਜ ਕੱਲ੍ਹ ਸੁਣਨ ਚੱਲ ਰਿਹਾ, ਕਦੀ ਕਦਾਈ ਕੋਈ ਫੇਕ ਨਿਊਜ਼ ਵੀ ਹੁੰਦੀ, ਕਦੀ ਰੀਅਲ ਵੀ ਨਿਕਲ ਆਉਂਦੀ ਹੈ, ਤੇ ਹੁਣ ਤੁਸੀਂ ਇਸ ਇੰਡਸਟਰੀ ਦੇ ਵਿੱਚ ਆ ਗਏ ਹੋ, ਤੁਸੀਂ ਇਹਦਾ ਹਿੱਸਾ ਬਣ ਚੁੱਕੇ ਹੋ, ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਆ? ਪਤਾ ਕੀ ਹੈ, ਦੇਖੋ ਜੀ, ਜਿਹੜਾ ਗਾਣਾ ਨਾ, ਇਹ ਮੈਂ ਇੱਕ ਗੱਲ ਕਹੂੰਗਾ, ਗਾਉਣਾ ਵੀ ਬਾਅਦ 'ਚ ਹੈ, ਠੀਕ ਹੈ ਜੀ, ਸਾਡੀ ਵੀਡੀਓ ਸਾਡੀ ਪ੍ਰਮੋਸ਼ਨ ਜੇ ਉਹ, ਇਹ ਸਾਰੀਆਂ ਚੀਜ਼ਾਂ ਬਾਅਦ 'ਚ ਨੇ, ਪਰ ਜੋ ਜਨਮਦਾ ਤਾ ਨਾ ਗਾਣੇ ਦਾ, ਇਹ ਸਾਰਾ ਕ੍ਰੈਡਿਟ ਨੂੰ ਜਾਂਦਾ, ਇਹ ਉਹਦੀ ਪ੍ਰੋਪਰਟੀ ਹੈ। ਕਿਉਂਕਿ ਪਤਾ ਕੀ ਹੈ, ਇਹ ਮੈਂ ਇਹ ਗੱਲ ਕਹਿ ਸਕਦਾ ਵੀ ਇਹ ਇੱਕ ਸ਼ਾਇਰ ਲੇਖਕ ਜਾਂ ਉਹਨਾਂ ਦੀ ਇਹ ਖੂਨ ਪਸੀਨੇ ਦੀ ਕਮਾਈ ਹੈ, ਤਾਂ ਫਿਰ ਉਹਦੇ ਨਾਲ ਵਫਾ ਕਰਨਾ ਚਾਹੀਦਾ ਯਾਰ। ਤੁਸੀਂ ਅੱਜ ਇਹ ਕਰ ਦੋਗੇ ਫਿਰ ਅੱਗੇ ਬਾਰੇ, ਵਾਰਿਸ ਸ਼ਾਹ ਨੇ ਵੀ ਲਿਖਿਆ ਸੀਗਾ ਵੀ ਬਦਲੇ ਮਿਲਣਗੇ ਕਰਨੀਆਂ ਭਰਨੀਆਂ ਦੇ, ਠੀਕ ਹੈ, ਜਿੱਦਾਂ ਦੇ ਕਰੋਗੇ ਫਿਰ ਉੱਦਾਂ ਦੇ ਭਰੋਗੇ। ਬਿਲਕੁਲ ਬਿਲਕੁਲ, ਨਹੀਂ ਇਨਸਾਫ਼ ਕਰਨਾ ਚਾਹੀਦਾ ਯਾਰ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਵੀ ਕਦੇ ਕਿਸੇ ਦਾ ਦਿਲ ਨਾ ਲਿਖਾਓ, ਠੀਕ ਹੈ ਨਾ, ਦਿਲਾਂ 'ਚ ਰੱਬ ਵੱਸਦਾ ਬਸ, ਹੈ ਤੁਹਾਨੂੰ ਗੱਲ। ਕਵਾਲੀਆਂ ਦੇ ਬਹੁਤ ਸ਼ੌਕੀਨ ਹੋ ਤੁਸੀਂ, ਖਵਾਬ ਸੀਗਾ, ਖੁਆਬ ਖੁਆਬ ਰਹਿ ਗਿਆ, ਹੈ ਨਾ, ਪਰ ਨਹੀਂ ਖੁਆਬ ਖੁਆਬ ਦੀ ਗੱਲ ਵੀ ਨਹੀਂ ਹੁੰਦੀ ਯਾਰ, ਜਿਹੜੇ ਹਜ਼ਰ ਨਜ਼ਰ ਹੋਣ ਨਾ ਉਹਨਾਂ ਨੂੰ ਆਪਾਂ ਖੁਆਬ ਨਹੀਂ ਕਹਿ ਸਕਦੇ, ਠੀਕ ਹੈ ਨਾ, ਜਿਹਨਾਂ ਨੂੰ ਮਤਲਬ ਜਿਹਨਾਂ ਨੇ ਕਦੇ ਮਰਨਾ ਹੀ ਨਹੀਂ, ਖਾਨ ਸਾਹਿਬ ਦੀ ਗੱਲ ਕਰਨਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਬਿਲਕੁਲ ਠੀਕ ਹੈ ਨਾ, ਉਹਨਾਂ ਨੇ ਕਦੇ ਮਰਨਾ ਹੀ, ਜਿਹੜੇ ਖੁਆਬ ਨਹੀਂ, ਕਹਿੰਦਾ ਦੁਨੀਆਂ ਤੇਰੇ ਵਜੂਦ ਕੋ ਕਰਤੀ ਰਹੀ ਤਲਾਸ਼, ਹਮਨੇ ਤੇਰੇ ਖਿਆਲ ਕੁਝ ਇਸ ਤਰ੍ਹਾਂ ਬਣਾ ਲਿਆ, ਕਿਆ ਬਾਤ, ਠੀਕ ਹੈ ਨਾ, ਅਸੀਂ ਜਦੋਂ ਅਸੀਂ ਸਾਡੀ ਸੋਚ ਹੈ ਨਾ ਅੰਦਰੋਂ, ਠੀਕ ਹੈ ਨਾ, ਤੁਸੀਂ ਤੁਹਾਨੂੰ ਅੱਖ ਚਾਹੀਦੀ ਤੁਹਾਨੂੰ ਦੇਖਣ ਵਾਸਤੇ, ਅਸੀਂ ਅੱਜ ਵੀ ਜਦੋਂ ਗਾਉਂਦੇ ਹਾਂ ਉਹਨਾਂ ਨੂੰ ਸੁਣਦੇ ਹਾਂ ਖਾਨ ਸਾਹਿਬ ਨੂੰ, ਤੇ ਸਾਨੂੰ ਇਹ ਲੱਗਦਾ ਵੀ ਸਾਡੇ ਕੋਲੇ ਨੇ ਉਹ। ਮੈਂ ਦੇਖਦਾ ਅੱਜ ਵੀ ਕਿਨੇ ਮਿਊਜ਼ਿਕ ਆਰਟਿਸਟ ਹੈਗੇ ਨੇ ਜਿਹੜੇ ਆਪਣੇ ਅਖਾੜੇ ਤੋਂ ਪਹਿਲਾਂ ਉਹਨਾਂ ਨੂੰ ਇੱਕ ਡੈਡੀਕੇਟ ਕਰਦੇ ਨੇ ਆਪਣਾ ਗਾਣਾ, ਬਿਲਕੁਲ ਸ਼ੁਰੂਆਤ ਉਹ ਬਾਬਾ ਜੀ, ਉਹ ਸੱਚੀ ਗੱਲ ਸਾਂ, ਉਹ ਗਾਇਕ ਨਹੀਂ ਸੀ, ਉਹ ਫਕੀਰ ਸੀ, ਉਹ ਪੈਗੰਬਰ ਸੀ, ਉਹ ਜਿਹੜਾ ਕਦੇ ਕਦੇ ਕੋਈ ਕੋਈ ਧਰਤੀ 'ਤੇ ਆਉਂਦਾ, ਉਹ ਚੀਜ਼ ਸੀ, ਜਿੱਦਾਂ ਪਹਿਲਾਂ ਤਾਨਸੇ ਬਾਬਾ ਜੀ ਹੁਣੇ ਆਏ ਨਾ, ਅਤੇ ਬਿਜੂ ਬਾਬਰਾ ਜੀ ਹੁਣੇ ਆਏ, ਉਹ ਇੱਦਾਂ ਦੇ ਆਰਟਿਸਟ ਸੀਗੇ ਯਾਰ, ਉਹਨੂੰ ਕਲਾਕਾਰ ਕਹਿੰਦੇ, ਉਹ ਕਲਾਕਾਰ ਸੀ ਅਸਲੀ, ਸਾਡੇ ਵਰਗੇ ਆਏ ਵੀ ਅਸੀਂ ਹੈ ਨਾ, ਨਹੀਂ ਅਸੀਂ ਅਜੇ ਕੁਛ ਵੀ ਨਹੀਂ ਆ, ਉਹ ਜੋ ਸੀਗੇ ਉਹ। ਅਤੇ ਮੈਂ ਨਾਮ ਲਊਂਗਾ ਗੁਰਦਾਸ ਮਾਨ ਸਾਹਿਬ ਦਾ, ਕਿਆ ਬਾਤ ਹੈ, ਸਲਾਮ ਸੱਚੀ, ਪਰ ਮੈਂ ਬਸ ਇਹੀ ਚਾਹੁੰਦਾ ਹੁੰਦਾ ਵੀ ਉਹਨਾਂ ਦੇ ਉਹਨਾਂ ਦੇ ਦਰਸ਼ਨ ਹੀ ਹੋਣ। ਤੇ ਹੁਣ ਜਿਹੜਾ ਤੁਹਾਡਾ ਆਉਣ ਵਾਲਾ ਗਾਣਾ, ਕੀ ਸਾਨੂੰ ਉਸਦੀ ਕੋਈ ਲਾਈਨ ਸੁਣਨ ਨੂੰ ਮਿਲ ਸਕਦੀ ਹੈ, ਜਾਂ ਸੀਕ੍ਰੇਟ ਹੀ ਰੱਖਣਾ? ਸੀਕ੍ਰੇਟ ਹੀ ਰੱਖੋ ਯਾਰ। ਅੱਛਾ, ਤੇ ਫਿਰ ਜਿਹੜਾ ਪੁਰਾਣਾ ਗਾਣਾ ਦੋ ਵਾਰ ਮਾਰ ਜਿਹੜਾ ਆਡੀਅੰਸ ਨੂੰ ਇੰਨਾ ਪਸੰਦ ਆ ਰਿਹਾ, ਉਹਦੀ ਦੋ ਲਾਈਨ ਆਪਣੀ ਆਰਡਰ ਚ। ਹਾਂਜੀ ਹਾਂਜੀ, ਉਹਦੇ ਸੁਣਾਉਂਗਾ। ਮੇਰੇ ਦਿਲ ਦੇ ਜਾਨ ਦੋਰ ਮਾਂ, ਮੇਰੇ ਦਿਲ ਦੇ ਜਾਨ, ਹੁਣੇ ਪਹਿਲਾ ਵੀ ਤੂੰ ਤੇ ਦੂਜਾ ਵੀ ਤੂੰ। ਕੀ ਬਾਤ ਹੈ, ਤੇ ਹੁਣ ਜਿਹੜਾ ਆਉਣ ਵਾਲਾ ਗਾਣਾ ਹੈ ਸਾਹ ਵੀ ਤੇਰੇ, ਇਹ ਵੀ ਇੱਕ ਸਲੋ ਟਰੈਕ ਹੋਏਗਾ? ਮੈਂ ਕਹੂੰਗਾ ਜੀ ਬਸ ਕਬੂਲਿਓ, ਮਿਹਨਤ ਕੀਤੀ ਆ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ, ਮੇਰੇ ਨਾਲ ਮੇਰੀ ਟੀਮ ਬਲੈਕ ਮਿਊਜ਼ਿਕ ਪ੍ਰੋਡਕਸ਼ਨ ਹੈ ਨਾ, ਉਹ 'ਚ ਜਿੰਨੇ ਵੀ ਮੈਂਬਰਸ ਨੇ, ਅਤੇ ਔਰ ਤੁਸੀਂ ਸਾਡੇ ਲਈ ਰੱਬ ਹੋ, ਠੀਕ ਹੈ ਨਾ, ਕਿਉਂਕਿ ਜੇ ਤੁਸੀਂ ਕਬੂਲੋਗੇ ਤੁਹਾਡੇ ਨਾਲ ਅਸੀਂ ਹਾਂ, ਠੀਕ ਹੈ ਨਾ, ਅਸੀਂ ਤੁਹਾਡੇ ਸੇਵਾ 'ਚ ਹਾਜ਼ਰ ਹਾਂ, ਜੋ ਵੀ ਤੁਸੀਂ ਮਤਲਬ ਆਪਣਾ ਹੈ ਨਾ ਉਹ ਕਰਦੇ ਹੋ, ਅਸੀਂ ਮਤਲਬ ਮੈਂ ਹਮੇਸ਼ਾ ਹੀ ਕਰ ਦਿੰਦਾ ਵੀ ਮੈਂ ਬੈਸਟ ਤੋਂ ਬੈਸਟ ਲੈ ਕੇ ਆਵਾਂ ਚੀਜ਼, ਹੈ ਨਾ, ਹੁਣ ਥੋੜ੍ਹਾ ਗੈਪ ਪਿਆ ਸੀਗਾ ਦੋ ਰਮਾਨ ਤੋਂ ਬਾਅਦ, ਤਾਂ ਉਹਦਾ ਮਤਲਬ ਕਾਰਨ ਇਹੀ ਸੀਗਾ ਵੀ ਕੁਛ ਬੈਸਟ ਕਰੀਏ, ਤਾਂ ਕੀਤਾ ਜੀ, ਸਾਰੇ ਜਣੇ ਪਿਆਰ ਕਰਿਓ, ਠੀਕ ਹੈ ਨਾ, ਔਰ ਜਿੱਥੇ ਸਾਡੀ ਗਲਤੀ ਹੈ ਮੈਨੂੰ ਕਮੈਂਟ 'ਚ ਜ਼ਰੂਰ ਦੱਸਣਾ, ਠੀਕ ਹੈ, ਮੈਨੂੰ ਜ਼ਰੂਰ ਦੱਸਿਓ ਵੀ ਅਸੀਂ ਗਾਂਹ ਤੋਂ ਇਹ ਚੀਜ਼ ਸੁਧਾਰੀਏ। ਸੋ ਥੈਂਕ ਯੂ, ਲਵ ਯੂ ਆਲ।
ਤੇ ਜੀ ਇਹ ਸੀਗੇ ਸਾਡੇ ਨਾਲ ਫੈਸਲਾ ਖਾਨ ਜੀ, ਜਿਨ੍ਹਾਂ ਦਾ ਬਹੁਤ ਹੀ ਜਲਦ ਟਰੈਕ ਆ ਰਿਹਾ। ਭਾਅ ਜੀ ਡੇਟ ਵੀ ਦੱਸ ਦਿਓ ਕਦੋਂ ਆ ਰਿਹਾ? 26 ਤਰੀਕ ਨੂੰ ਜੀ, 26 ਨਵੰਬਰ ਨੂੰ ਟੀ ਸੀਰੀਜ਼ ਵੱਲੋਂ ਰਿਲੀਜ਼ ਹੋਣਾ। 26 ਨਵੰਬਰ ਨੂੰ ਤੁਸੀਂ ਟੀ ਸੀਰੀਜ਼ ਜੀ, ਟੀ ਸੀਰੀਜ਼ ਦੇ ਬੈਨਰ ਹੇਠਾਂ ਕਿਆ ਬਾਤ ਹੈ ਭਾਅ ਜੀ, ਮੁਬਾਰਕਾਂ। ਤਾਂ ਜੀ ਮੈਂ ਪੰਜਾਬੀ ਗਰੁੱਪ ਵੱਲੋਂ ਇਹਨਾਂ ਨੂੰ ਦੇਵਾਂਗਾ ਬਹੁਤ ਬਹੁਤ ਮੁਬਾਰਕਾਂ, ਤੇ ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਤੇ ਜਿਹੜੇ ਵੀ ਇਹਨਾਂ ਨੇ ਸੁਪਨੇ ਦੇਖੇ ਆ ਉਹ ਬਹੁਤ ਹੀ ਜਲਦ ਸਫਲ ਹੋਣ। ਤੇ ਇੱਧਰ ਮੈਂ ਵਰੁਣ ਸ਼ਰਮਾ ਤੁਹਾਡੇ ਕੋਲੋਂ ਵਿਦਾ ਲੈਣ ਜਾ ਰਿਹਾ, ਬਹੁਤ ਹੀ ਜਲਦ ਮਿਲਦਾ ਹੈ ਇੱਕ ਅਗਲੀ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।